ਸੈਨਾ ਦੇ ਜਵਾਨਾਂ ਦੇ ਨਾਲ ਭਰਿਆ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਦੇ ਕਾਰਨ 4 ਜਵਾਨ ਸ਼ਹੀਦ ਹੋ ਗਏ ਨੇ। ਤਾਂ 800 ਮੀਟਰ ਡੂੰਘੀ ਖੱਡ ਦੇ ਵਿੱਚ ਇਹ ਸੈਨਾ ਦੇ ਜਵਾਨਾਂ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਦੇ ਵਿੱਚ 4 ਜਵਾਨ ਸ਼ਹੀਦ ਹੋ ਗਏ ਨੇ। ਤਾਂ ਵੱਡਾ ਘਾਟਾ ਪਿਆ ਦੇਸ਼ ਨੂੰ। ਦੱਸ ਦਈਏ ਕਿ 4 ਜਵਾਨ ਸ਼ਹੀਦ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਤੋਂ ਸੈਨਾ ਦੇ ਜਵਾਨਾਂ ਦੇ ਨਾਲ ਭਰਿਆ ਹੋਇਆ ਇਹ ਟਰੱਕ ਸਿੱਕਮ ਦੇ ਲਈ ਰਵਾਨਾ ਹੋਇਆ ਸੀ ਅਤੇ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਰਸਾਤ ਹੋਣ ਕਾਰਨ ਟਰੱਕ ਸੜਕ ਤੋਂ ਫਿਸਲ ਕੇ ਸਿੱਧਾ ਹੀ 800 ਫੁੱਟ ਡੂੰਘੀ ਖੱਡ ਦੇ ਵਿੱਚ ਜਾ ਡਿੱਗਿਆ, ਜਿਸ ਦੇ ਕਾਰਨ 4 ਜਵਾਨ ਸ਼ਹੀਦ ਹੋ ਗਏ ਨੇ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਸੈਨਾ ਦਾ ਟਰੱਕ ਸੀ ਉਸਦੇ ਪਰਖੱਚੇ ਤੱਕ ਉੱਡ ਗਏ ਨੇ। ਜਦਕਿ ਮੌਕੇ ਦੇ ਉੱਤੇ ਜੋ ਸਥਾਨਕ ਲੋਕ ਸੀ ਉਹਨਾਂ ਦੇ ਵੱਲੋਂ ਜੋ ਜ਼ਖਮੀ ਜਵਾਨ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਪਰ 4 ਜਵਾਨ ਸ਼ਹੀਦ ਹੋ ਗਏ ਨੇ। ਤਾਂ ਵੱਡੀ ਖਬਰ ਸਿੱਕਮ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਸੈਨਾ ਦੇ ਜਵਾਨਾਂ ਦੇ ਨਾਲ ਭਰਿਆ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ। ਬਰਸਾਤ ਕਾਰਨ ਦੱਸਿਆ ਜਾ ਰਿਹਾ ਕਿ ਸੜਕ ਤੋਂ ਫਿਸਲ ਕੇ ਸਿੱਧਾ ਹੀ 800 ਮੀਟਰ ਡੂੰਘੀ ਖੱਡ ਦੇ ਵਿੱਚ ਜਾ ਡਿੱਗਿਆ, ਜਿਸ ਦੇ ਵਿੱਚ 4 ਜਵਾਨ ਦੇਸ਼ ਦੇ ਸ਼ਹੀਦ ਹੋ ਗਏ ਨੇ। ਤਾਂ ਵੱਡਾ ਘਾਟਾ ਮੰਦਭਾਗੀ ਖਬਰ ਸਾਹਮਣੇ ਆਈ ਹੈ ਸਿੱਕਮ ਤੋਂ, ਜਿੱਥੇ ਕਿ ਇੱਕ ਭਿਆਨਕ ਹਾਦਸੇ ਦੇ ਵਿੱਚ ਸੈਨਾ ਦੇ 4 ਜਵਾਨ ਸ਼ਹੀਦ ਹੋ ਗਏ ਨੇ। ਸੈਨਾ ਦੇ ਜਵਾਨਾਂ ਦੇ ਨਾਲ ਭਰਿਆ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਦੇ ਕਾਰਨ 4 ਜਵਾਨ ਸ਼ਹੀਦ ਹੋ ਗਏ ਨੇ। ਤਾਂ 800 ਮੀਟਰ ਡੂੰਘੀ ਖੱਡ ਦੇ ਵਿੱਚ ਇਹ ਸੈਨਾ ਦੇ ਜਵਾਨਾਂ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਦੇ ਵਿੱਚ 4 ਜਵਾਨ ਸ਼ਹੀਦ ਹੋ ਗਏ ਨੇ। ਤਾਂ ਵੱਡਾ ਘਾਟਾ ਪਿਆ ਦੇਸ਼ ਨੂੰ। ਦੱਸ ਦਈਏ ਕਿ 4 ਜਵਾਨ ਸ਼ਹੀਦ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਤੋਂ ਸੈਨਾ ਦੇ ਜਵਾਨਾਂ ਦੇ ਨਾਲ ਭਰਿਆ ਹੋਇਆ ਇਹ ਟਰੱਕ ਸਿੱਕਮ ਦੇ ਲਈ ਰਵਾਨਾ ਹੋਇਆ ਸੀ ਅਤੇ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਰਸਾਤ ਹੋਣ ਕਾਰਨ ਟਰੱਕ ਸੜਕ ਤੋਂ ਫਿਸਲ ਕੇ ਸਿੱਧਾ ਹੀ 800 ਫੁੱਟ ਡੂੰਘੀ ਖੱਡ ਦੇ ਵਿੱਚ ਜਾ ਡਿੱਗਿਆ, ਜਿਸ ਦੇ ਕਾਰਨ 4 ਜਵਾਨ ਸ਼ਹੀਦ ਹੋ ਗਏ ਨੇ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਸੈਨਾ ਦਾ ਟਰੱਕ ਸੀ ਉਸਦੇ ਪਰਖੱਚੇ ਤੱਕ ਉੱਡ ਗਏ ਨੇ। ਜਦਕਿ ਮੌਕੇ ਦੇ ਉੱਤੇ ਜੋ ਸਥਾਨਕ ਲੋਕ ਸੀ ਉਹਨਾਂ ਦੇ ਵੱਲੋਂ ਜੋ ਜ਼ਖਮੀ ਜਵਾਨ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਪਰ 4 ਜਵਾਨ ਸ਼ਹੀਦ ਹੋ ਗਏ ਨੇ। ਤਾਂ ਵੱਡੀ ਖਬਰ ਸਿੱਕਮ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਸੈਨਾ ਦੇ ਜਵਾਨਾਂ ਦੇ ਨਾਲ ਭਰਿਆ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ। ਬਰਸਾਤ ਕਾਰਨ ਦੱਸਿਆ ਜਾ ਰਿਹਾ ਕਿ ਸੜਕ ਤੋਂ ਫਿਸਲ ਕੇ ਸਿੱਧਾ ਹੀ 800 ਮੀਟਰ ਡੂੰਘੀ ਖੱਡ ਦੇ ਵਿੱਚ ਜਾ ਡਿੱਗਿਆ, ਜਿਸ ਦੇ ਵਿੱਚ 4 ਜਵਾਨ ਦੇਸ਼ ਦੇ ਸ਼ਹੀਦ ਹੋ ਗਏ ਨੇ। ਤਾਂ ਵੱਡਾ ਘਾਟਾ ਮੰਦਭਾਗੀ ਖਬਰ ਸਾਹਮਣੇ ਆਈ ਹੈ ਸਿੱਕਮ ਤੋਂ, ਜਿੱਥੇ ਕਿ ਇੱਕ ਭਿਆਨਕ ਹਾਦਸੇ ਦੇ ਵਿੱਚ ਸੈਨਾ ਦੇ 4 ਜਵਾਨ ਸ਼ਹੀਦ ਹੋ ਗਏ ਨੇ। ਸੈਨਾ ਦੇ ਜਵਾਨਾਂ ਦੇ ਨਾਲ ਭਰਿਆ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਦੇ ਕਾਰਨ 4 ਜਵਾਨ ਸ਼ਹੀਦ ਹੋ ਗਏ ਨੇ। ਤਾਂ 800 ਮੀਟਰ ਡੂੰਘੀ ਖੱਡ ਦੇ ਵਿੱਚ ਇਹ ਸੈਨਾ ਦੇ ਜਵਾਨਾਂ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਦੇ ਵਿੱਚ 4 ਜਵਾਨ ਸ਼ਹੀਦ ਹੋ ਗਏ ਨੇ। ਤਾਂ ਵੱਡਾ ਘਾਟਾ ਪਿਆ ਦੇਸ਼ ਨੂੰ। ਦੱਸ ਦਈਏ ਕਿ 4 ਜਵਾਨ ਸ਼ਹੀਦ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਤੋਂ ਸੈਨਾ ਦੇ ਜਵਾਨਾਂ ਦੇ ਨਾਲ ਭਰਿਆ ਹੋਇਆ ਇਹ ਟਰੱਕ ਸਿੱਕਮ ਦੇ ਲਈ ਰਵਾਨਾ ਹੋਇਆ ਸੀ ਅਤੇ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਰਸਾਤ ਹੋਣ ਕਾਰਨ ਟਰੱਕ ਸੜਕ ਤੋਂ ਫਿਸਲ ਕੇ ਸਿੱਧਾ ਹੀ 800 ਫੁੱਟ ਡੂੰਘੀ ਖੱਡ ਦੇ ਵਿੱਚ ਜਾ ਡਿੱਗਿਆ, ਜਿਸ ਦੇ ਕਾਰਨ 4 ਜਵਾਨ ਸ਼ਹੀਦ ਹੋ ਗਏ ਨੇ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਸੈਨਾ ਦਾ ਟਰੱਕ ਸੀ ਉਸਦੇ ਪਰਖੱਚੇ ਤੱਕ ਉੱਡ ਗਏ ਨੇ। ਜਦਕਿ ਮੌਕੇ ਦੇ ਉੱਤੇ ਜੋ ਸਥਾਨਕ ਲੋਕ ਸੀ ਉਹਨਾਂ ਦੇ ਵੱਲੋਂ ਜੋ ਜ਼ਖਮੀ ਜਵਾਨ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਪਰ 4 ਜਵਾਨ ਸ਼ਹੀਦ ਹੋ ਗਏ ਨੇ। ਤਾਂ ਵੱਡੀ ਖਬਰ ਸਿੱਕਮ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਸੈਨਾ ਦੇ ਜਵਾਨਾਂ ਦੇ ਨਾਲ ਭਰਿਆ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ।
ਬਰਸਾਤ ਕਾਰਨ ਦੱਸਿਆ ਜਾ ਰਿਹਾ ਕਿ ਸੜਕ ਤੋਂ ਫਿਸਲ ਕੇ ਸਿੱਧਾ ਹੀ 800 ਮੀਟਰ ਡੂੰਘੀ ਖੱਡ ਦੇ ਵਿੱਚ ਜਾ ਡਿੱਗਿਆ, ਜਿਸ ਦੇ ਵਿੱਚ 4 ਜਵਾਨ ਦੇਸ਼ ਦੇ ਸ਼ਹੀਦ ਹੋ ਗਏ ਨੇ। ਤਾਂ ਵੱਡਾ ਘਾਟਾ ਮਨਭਾਗੀ ਖਬਰ ਸਾਹਮਣੇ ਆਈ ਹੈ ਸਿੱਕਿਮ ਤੋਂ, ਜਿੱਥੇ ਕਿ ਇੱਕ ਭਿਆਨਕ ਹਾਦਸੇ ਦੇ ਵਿੱਚ ਸੈਨਾ ਦੇ 4 ਜਵਾਨ ਸ਼ਹੀਦ ਹੋ ਗਏ ਨੇ।